ਗੁੱਡ ਮਾਰਨਿੰਗ ਬੱਚੇ ਅੱਜ ਅਸੀਂ ਕਰਾਂਗੇ ਸਤੰਤਰਤਾ ਦੀ ਰੱਖਿਆ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਠੀਕ ਹੈ ਇਸ ਲਈ ਜਿਹੜੀਆਂ ਇਹਦੇ ਵਾਸਤੇ ਆਪਾਂ ਵੱਖ-ਵੱਖ ਜਿਹੜੇ ਤਰੀਕੇ ਆ ਉਹ ਬਣਾਏ ਜਾ ਸਕਦੇ ਆ ਜਿਵੇਂ ਨੰਬਰ 1 ਤਿਆਗਾ ਲੋਕਤੰਤਰੀ ਸ਼ਾਸਨ ਪ੍ਰਣਾਲੀ ਹੁਣ ਪਤਾ ਹੈ ਕਿ ਲੋਕਤੰਤਰੀ ਕੀ ਆ ਲੋਕਾਂ ਦੀ ਸਰਕਾਰ ਜਿਹਦੇ ਵਿੱਚ ਲੋਕ ਆਪਣਾ ਪ੍ਰਤੀਨਿਧ ਜਿਹੜੇ ਆ ਆਪ ਚੁਣਦੇ ਆ ਠੀਕ ਹੈ ਜਿਦਾ ਹੀ ਮੰਤਰੀ ਵਗੈਰਾ ਖੁਦ ਚੁਣਦੇ ਆ ਉਹ ਜਿਹੜੇ ਪ੍ਰਤੀਨਿਧ ਆ ਉਹ ਕੀ ਆ ਜਨਤਾ ਦੁਆਰਾ ਜਿਹੜਾ ਵਾ ਜੋ ਕੰਮ ਕਿਹਾ ਜਾਂਦਾ ਉਹਨੂੰ ਪੂਰਾ ਕਰਦੇ ਹੋ ਠੀਕ ਹੈ ਨੀਤੀਆਂ ਬਣਾਉਂਦੇ ਆ ਸਰਕਾਰ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਦੇ ਆ ਠੀਕ ਹੈ ਮੀਂਸ ਕੇ ਪ੍ਰਤੀਨਿਧ ਲੋਕ ਚੋਂਦੇ ਆ ਤੇ ਉਹ ਪ੍ਰਤੀਨਿਧ ਜਿਹੜਾ ਕੀ ਕਰਦੇ ਆ ਸ਼ਾਸਨ ਕਰਦੇ ਆ ਤੇ ਜਿਹੜੇ ਉਹ ਪ੍ਰਤੀਨਿਧ ਹੁੰਦੇ ਲੋਕਾਂ ਸਾਹਮਣੇ ਜ਼ਿੰਮੇਵਾਰ ਹੁੰਦੇ ਜੋ ਲੋਕ ਕਹਿੰਦੇ ਠੀਕਾ ਉਹਨਾਂ ਦੀਆਂ ਮੰਗਾਂ ਅਨੁਸਾਰ ਜਿਹੜਾ ਉਹ ਨੀਤੀਆਂ ਬਣਾਉਂਦੇ ਆ ਜਾਂ ਕੰਮ ਕਰਦੇ ਇਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿੱਚ ਸਾਡੀ ਜਿਹੜੀਆਂ ਸੁਤੰਤਰਤਾ ਕਿੰਦੀ ਆ ਸੁਰੱਖਿਅਤ ਹੁੰਦੀ ਆ ਦੂਸਰਾ ਅਗੇ ਬੱਚੇ ਕਾਨੂੰਨ ਦਾ ਸ਼ਾਸਨ ਕਾਨੂੰਨ ਦਾ ਸ਼ਾਸਨ ਮੀਚ ਕੇ ਕਾਨੂੰਨ ਦੇ ਅਨੁਸਾਰ ਕੰਮ ਕਰਨਾ ਠੀਕ ਹੈ ਜਿਹਦੇ ਵਿੱਚ ਨਾ ਕਿਸੇ ਵਿਅਕਤੀ ਤੇ ਨਾ ਕਿਸੇ ਸ਼ਾਸਨ ਠੀਕ ਹੈ ਨਾ ਕਿ ਸਰਕਾਰ ਦੇ ਅਨੁਸਾਰ ਜਿਹੜਾ ਕੰਮ ਚਲਾਇਆ ਜਾਂਦਾ ਕਿਹਦੇ ਅਨੁਸਾਰ ਕੰਮ ਚੱਲਦਾ ਵਾ ਸਾਰੇ ਦੇਸ਼ ਦਾ ਕਾਨੂੰਨ ਦੇ ਅਨੁਸਾਰ ਜਿਹੜਾ ਕੰਮ ਚਲਾਇਆ ਜਾਂਦਾ ਤੇ ਕਾਨੂੰਨ ਦੀ ਨਜ਼ਰ ਵਿੱਚ ਜਿਹੜੇ ਸਾਰੇ ਵਿਅਕਤੀ ਹੁੰਦੇ ਆ ਬਰਾਬਰ ਹੁੰਦੇ ਆ ਸਮਾਨ ਸਾਰਿਆਂ ਨੂੰ ਬਰਾਬਰਤਾ ਦਾ ਜਿਹੜਾ ਦਰਜਾ ਦਿੱਤਾ ਜਾਂਦਾ ਠੀਕ ਹੈ ਜਦੋਂ ਵੀ ਕੋਈ ਫੈਸਲਾ ਕੀਤਾ ਜਾਂਦਾ ਅਦਾਲਤ ਦੁਆਰਾ ਠੀਕ ਹੈ ਤੇ ਉਹ ਕਾਨੂੰਨ ਜਿਹੜਾ ਕਿ ਆ ਸਭ ਨੂੰ ਇੱਕੋ ਜਿਹਾ ਜਿਹਾ ਬਰਾਬਰ ਦਾ ਹੱਕ ਦਿੰਦਾ ਅਗੇ ਬੱਚੇ 3rd ਪੁਆਇੰਟ ਹੈਗਾ ਸੁਤੰਤਰ ਨਿਆਂਪਾਲਿਕਾ ਠੀਕ ਆ ਨਿਆਂਪਾਲਿਕਾ ਜਿਹਦੇ ਵਿੱਚ ਅਦਾਲਤਾਂ ਆ ਜਾਂਦੀਆਂ ਜਿਹੜਾ ਸਾਡੇ ਫੈਸਲੇ ਕਰਦੀ ਆ ਠੀਕ ਆ ਨਿਆਂ ਤੁਹਾਨੂੰ ਨਿਆਂ ਦਿੰਦੇ ਆ ਉਹ ਕੀ ਹੁੰਦੀ ਆ ਸੁਤੰਤਰ ਹੁੰਦੀ ਆ ਸੁਤੰਤਰ ਮੀਨ ਕਿ ਉਹ ਕਿਸ ਜਿਹੜੀ ਸੁਤੰਤਰਤਾ ਨਿਆਂਪਾਲਿਕਾ ਤੋਂ ਭਾਵ ਹੁੰਦਾ ਕਿ ਉਹ ਕਾਰਜਪਾਲਿਕਾ ਦੇ ਅਧੀਨ ਨਾ ਹੋਵੇ ਕਾਰਜਪਾਲਿਕਾ ਬੱਚੇ ਜਿਵੇਂ ਮੰਤਰੀ ਮੰਡਲ ਆ ਜਾਂ ਕੋਈ ਸਰਕਾਰ ਲੈ ਲਓ ਠੀਕ ਆ ਸਤੰਤਰ ਹੋ ਕੇ ਜਿਹੜਾ ਕੰਮ ਕਰਦੀ ਆ ਸਰਕਾਰ ਜਿਹੜੇ ਸਤੰਤਰ ਨਿਆਪਤਾ ਨਿਆਪਾਲਿਕਾ ਕਿਸੇ ਦੇ ਵੀ ਅਧੀਨ ਨਹੀਂ ਹੁੰਦੀ ਮਿਸਕ ਸਤੰਤਰ ਹੋ ਕੇ ਨਿਰਪੱਖ ਹੋ ਕੇ ਜਿਹੜਾ ਨਿਆਂ ਕਰਦੀ ਅੱਗੇ ਬਚਿਆਗਾ ਸਤੰਤਰ ਅਤੇ ਇਮਾਨਦਾਰ ਪ੍ਰੈਸ ਪ੍ਰੈਸ ਦੇ ਵਿੱਚ ਮੀਡੀਆ ਰਸਾਲੇ ਖਬਰਾਂ ਵਗੈਰਾ ਜਿਹੜਾ ਸਾਰਾ ਆ ਜਾਂਦੇ ਆ ਠੀਕ ਹੈ ਇਹਦੇ ਵਿੱਚ ਅਖਬਾਰਾਂ ਜਿਹੜੀਆਂ ਹਨ ਰੋਜ਼ ਦੀਆਂ ਘਟਨਾਵਾਂ ਜਾਣਕਾਰੀਆਂ ਸੰਸਾਰ ਦੀਆਂ ਸਾਡੇ ਦੇਸ਼ ਦੀਆਂ ਦਿੰਦੀਆਂ ਤੇ ਜੇ ਪ੍ਰੈਸ ਹੀ ਇਮਾਨਦਾਰ ਹੋ ਗਈ ਸਤੰਤਰ ਹੋ ਗਈ ਕਿਸੇ ਦਬਾਹੇ ਹੇਠ ਆਣ ਕੇ ਜਿਹੜਾ ਵਾ ਕਹ ਲਓ ਇਨਫੋਰਮੇਸ਼ਨ ਨਹੀਂ ਦੋਗੀ ਹਣਾ ਤੇਾਨੂੰ ਪੂਰੀ ਜੜੀ ਆ ਜੋ ਸਹੀ ਜਾਣਕਾਰੀ ਜੇ ਸਰਕਾਰ ਗਲਤ ਕਰੀਏ ਤੁਹਾਨੂੰ ਜੜੀ ਸਹੀ ਜਾਣਕਾਰੀ ਦਊਗੀ ਤਾਂ ਇਹ ਆਪਣ ਆਪਣੀ ਸੁਤੰਤਰਤਾ ਦੀ ਰੱਖਿਆ ਕਰ ਸਕਦੇ ਠੀਕ ਹੈ ਇਸ ਕਰਕੇ ਸਰਕਾਰ ਦੀਆਂ ਨੀਤੀਆਂ ਦੀ ਸਾਨੂੰ ਜਾਣਕਾਰੀ ਜਿਹੜੀ ਉਹ ਸਹੀ ਜਿਹੜੀ ਆ ਪਹੁੰਚਾਉਂਦੀ ਆ ਕੌਣ ਇਮਾਨਦਾਰ ਪ੍ਰੈਸ ਅੱਗੇ ਬੱਚਾਗਾ ਸੰਵਿਧਾਨ ਸੰਵਿਧਾਨ ਤੁਸੀਂ 10th ਚ ਵੀ ਪੜਿਆ ਇੱਕ ਕੀ ਹੁੰਦਾ ਕਾਨੂੰਨੀ ਕਿਤਾਬ ਹੀ ਕਹਿ ਲੋ ਠੀਕ ਹੈ ਜੇ ਦੇ ਵਿੱਚ ਸਾਰੇ ਸਰਕਾਰ ਜਿਹੜੀ ਸਾਡੇ ਦੇਸ਼ ਦਾ ਪੂਰਾ ਸ਼ਾਸਨ ਆ ਜਾਂ ਸਰਕਾਰ ਆ ਉਹ ਕਿਦੇ ਅਨੁਸਾਰ ਕੰਮ ਕਰਦੀ ਆ ਸੰਵਿਧਾਨ ਦੇ ਅਨੁਸਾਰ ਠੀਕ ਹੈ ਜਿਹੜੀਆਂ ਸਾਰੀਆਂ ਨੀਤੀਆਂ ਜਾਂ ਜੋ ਵੀ ਕਾਨੂੰਨ ਆ ਕਿਦੇ ਵਿੱਚ ਦਰਜ ਆ ਸੰਵਿਧਾਨ ਦੇ ਅਨੁਸਾਰ ਠੀਕ ਹੈ ਇਸ ਕਰਕੇ ਸਰ ਜਿਹੜੀ ਸਰਕਾਰ ਆ ਆਪਣਾ ਜਿਹੜਾ ਸੰਵਿਧਾਨ ਦੇ ਅਨੁਸਾਰ ਕੰਮ ਕਰਦੀ ਆ ਇਹ ਅਜਿਹੇ ਰਾਜ ਵਿੱਚ ਕੀ ਕਹ ਲਓ ਸਾਡੀ ਜਿਹੜੀ ਸਤੰਤਰਤਾ ਜਿਹੜੀ ਕੀ ਆ ਸੁਰੱਖਿਅਤ ਰਹਿੰਦੀ ਆ ਕਿਉਂਕਿ ਜਿੱਥੇ ਸਰਕਾਰ ਆਪਣੀ ਮਰਜ਼ੀ ਨਹੀਂ ਕਰ ਸਕਦੀ ਅੱਗੇ ਬੱਚੇਗਾ ਰਾਜਨੀਤਿਕ ਸਿੱਖਿਆ ਰਾਜਨੀਤਿਕ ਸਿੱਖਿਆ ਗਿਆਨ ਹੋਣਾ ਹਨੂ ਰਾਜਨੀਤੀ ਦਾ ਜੇ ਗਿਆਨ ਹੀ ਨਹੀਂ ਹੈਗਾ ਸਾਨੂੰ ਪਤਾ ਹੀ ਨਹੀਂ ਕਿ ਆਡੀਆਂ ਸਤੰਤਰਤਾਵਾਂ ਕੀ ਆ ਜਾਂ ਸਾਡੇ ਅਧਿਕਾਰ ਕੀ ਆ ਤੇ ਆਪਾਂ ਕਿੰਨਾ ਦੇ ਰੱਖਿਆ ਕਰਨੀ ਆ ਠੀਕ ਇਸ ਕਰਕੇ ਸਤੰਤਰਤਾ ਦੀ ਰੱਖਿਆ ਲਈ ਸਭ ਤੋਂ ਜ਼ਰੂਰੀ ਕੀ ਆ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਜਿਹੜੀ ਆ ਉਹ ਹੋਣੀ ਚਾਹੀਦੀ ਆ ਉਹਨਾਂ ਨੂੰ ਜਿਹੜਾ ਆਪਣੀਆਂ ਸਤੰਤਰਤਾਵਾਂ ਦਾ ਅਧਿਕਾਰਾਂ ਦਾ ਗਿਆਨ ਹੋਣਾ ਚਾਹੀਦਾ ਕਿ ਸਾਨੂੰ ਕਿਹੜੀਆਂ ਸਤੰਤਰਤਾਵਾਂ ਮਿਲੀਆਂ ਵਾ ਠੀਕ ਆ ਆਪਾਂ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਆ ਕਿੱਦਾਂ ਕਰਨੀ ਆ ਠੀਕ ਹੈ ਬੱਚੇ ਥੈਂਕ ਯੂ